ਉੱਪਰ ਝੰਡਾ ਜਿੰਦਾਬਾਦ ਜਿੰਦਾਬਾਦ ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ 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 ਸਾਨਾਂ ਦੀਆਂ ਹੋਈਆਂ ਫਸਲਾਂ ਦਾ ਪੂਰਾ ਮਾਰਜਾ ਲਵਾਂਗੇ ਸਾਨਾਂ ਦੀਆਂ ਹੋਈਆਂ ਫਸਲਾਂ ਦਾ ਸਟੈਂਡ ਸਪੈਸ਼ਲ ਕੰਟਰੋਲੀ ਕਰੇ ਸਰਕਾਰ ਬਲਦੇਵ ਸਿੰਘ ਸੰਦੂਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਾਂ। ਸੋ ਅੱਜ ਅਸੀਂ ਜਿਹੜੇ ਪੂਰੇ ਪੰਜਾਬ ਦੇ ਖੇਤੀ ਕਰਨ ਵਾਲੇ ਲੋਕ ਨੇਗੇ ਜਿਨ੍ਹਾਂ ਦਾ ਵੱਡੇ ਪੱਧਰ 'ਤੇ ਸਾਡੇ ਬੇਮੌਸਮੀ ਬਾਰਿਸ ਝੱਖੜ ਔਰ ਗੜੇਮਾਰੀ ਦੇ ਨਾਲ ਸਾਡੀਆਂ ਫਸਲਾਂ ਦਾ ਨੁਕਸਾਨ ਹੋਇਆ ਔਰ ਉਸ ਨੁਕਸਾਨ ਦੀ ਸਾਡੇ ਬਠਿੰਡਾ ਜ਼ਿਲ੍ਹੇ ਦੇ DC ਰਾਹੀਂ ਅਸੀਂ ਜਿਹੜਾ ਸਾਡੇ ਪੰਜਾਬ ਦੇ CM ਨੂੰ ਜਾਣੂ ਕਰਾਉਣ ਵਾਸਤੇ ਮੰਗ ਪੱਤਰ ਭੇਜ ਰਹੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਜਿਹੜੀ ਸਪੈਸ਼ਲ ਗਰੋਰੀ ਕਰਾ ਕੇ ਔਰ ਕਿਸਾਨਾਂ ਨੂੰ ਜਿਹੜਾ ਬਣਦਾ ਉਹਨਾਂ ਦਾ ਮੁਆਵਜ਼ਾ ਹੈਗਾ ਜਿਹੜੀ ਫਸਲ ਦਾ ਉਹ ਕਿਸਾਨਾਂ ਨੂੰ ਮੁਹੱਈਆ ਕਰਾਇਆ ਜਾਵੇ ਉਹ ਅਸੀਂ ਅੱਜ ਇੱਥੇ ਇਸ ਕਰਕੇ ਕਿੰਨਾ ਕੁ ਮੁਆਵਜ਼ਾ ਮੰਗਦੇ ਸੋ ਮੁਆਵਜ਼ਾ ਤਾਂ ਦੇਖੋ ਜੇ ਆਪਾਂ ਕਹੀਏ ਕਿ ਜਿਹੜਾ ਕੁਦਰਤੀ ਨੁਕਸਾਨ ਹੋਇਆ ਸਾਡੀ ਫਸਲ ਦਾ ਦੀ ਭਰਪਾਈ ਸਰਕਾਰ ਨਹੀਂ ਕਰ ਸਕਦੀ ਪਰ ਸਾਡਾ ਜੇ ਕਹਿਣ ਦਾ ਭਾਵ ਇਹ ਹੈ ਕਿ ਵੱਧ ਤੋਂ ਵੱਧ ਜਿੰਨਾ ਕਿਸਾਨ ਦੀ ਮਦਦ ਕੀਤੀ ਜਾ ਸਕਦੀ ਹੈ ਜਿੰਨਾ ਕਿਸਾਨ ਦੀ ਬਾਂਹ ਫੜੀ ਸਕਦੀ ਹੈ ਅਸੀਂ ਸਰਕਾਰ ਕੋਲੋਂ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਸਰਕਾਰ ਕੋਲੋਂ ਅਪੀਲ ਕਰਾਂਗੇ ਕਿ ਕਿਸਾਨ ਬੁਰੀ ਤਰ੍ਹਾਂ ਆਪਣੇ ਜਿਹੜੀ ਜਾਲ ਦੇ ਵਿੱਚ ਫਸਿਆ ਹੋਇਆ ਔਰ ਇਸ ਨੂੰ ਪਿੱਛੇ ਫਸਲ ਮਰ ਗਈ ਹਾੜੀ ਦੀ ਫਸਲ ਮਰ ਗਈ ਸੋ ਕਿਸਾਨਾਂ ਨੂੰ ਖੁਦਕੁਸ਼ੀ ਤੋਂ ਬਚਾਇਆ ਜਾਵੇ ਅਤੇ ਇਹਨਾਂ ਦੀ ਭਰਪਾਈ ਕੀਤੀ ਜਾਵੇ ਕਰਨਾ ਸੀ ਸਿੱਧੂਪੁਰ ਝੰਡਾ ਜਿੰਦਾਬਾਦ ਜਿੰਦਾਬਾਦ ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ 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 ਸਾਨਾਂ ਦੀਆਂ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਲਵਾਂਗੇ ਸਾਨਾਂ ਦੀਆਂ ਹੋਈਆਂ ਫਸਲਾਂ ਦਾ ਸਟੈਂਡ ਸਪੈਸ਼ਲ ਕੰਟਰੋਲੀ ਕਰੇ ਸਰਕਾਰ